ਜਣਿਆਂ ਨੇ ਵਿਚਾਰੇ ਬਹੁਤ ਮਾੜੀ ਹਾਲਤ 'ਚ ਘੁੰਮਦੇ ਆ। ਬਾਪੂ ਬੱਚੇ ਕਿੰਨੇ ਤੇਰੇ? ਮੁੰਡਾ ਤੇ ਕੁੜੀ ਇੱਕ ਹੈ, ਦੋਨੇ ਮਰ ਗਏ। ਰਾਣੀ ਸੋਹਣੀ ਜੀ ਕੁੜੀ, ਉਹ ਕਿੱਥੇ ਆ? ਹੈਂ, ਮਿਲਦੀ ਨੀ, ਕਿੱਥੇ ਗਈ? ਚੱਕ ਲਈ ਚੋਰਾਂ, ਚੋਰਾਂ ਨੇ ਚੱਕ ਲਈ। 11-12 ਸਾਲਾਂ ਦੀ ਧੀ ਚੋਰੀ ਹੋ ਗਈ ਗਰੀਬ ਦੀ, ਤੇ ਥਾਣੇ ਵੀ ਗਿਆ ਸੀ ਰਿਪੋਰਟ ਲਿਖਾਉਣ, ਕਹਿੰਦੇ ਆਜੂਗੀ ਕੋਈ ਨਾ। ਜਿਹਦੇ ਪੈਰ ਝੜ ਗਏ ਨੇ ਦੋਨੇ, ਤੇ ਹੱਥ ਇੱਦਾਂ ਤੁਸੀਂ ਦੇਖੋ ਕਿਵੇਂ ਐਲ ਬਣੀ ਪਈ ਆ। ਇਹ ਜ਼ਿੰਦਗੀ ਇਹਨਾਂ ਦੀ, ਇਹੀ ਇਹਨਾਂ ਦਾ ਘਰ ਆ। ਰਾਤ ਨੂੰ ਇਹ ਇੱਥੇ ਹੀ ਇੱਦਾਂ ਹੀ ਕਿਤੇ ਸੌਂ ਸੁ ਜਾਂਦੇ ਨੇ। ਇਹੋ ਜਿਹੇ ਬੰਦੇ ਤੋਂ ਪੈਕ ਹੋ ਕੇ ਬੰਦਾ ਕਰੂਗਾ ਕੀ? ਮੈਂ ਹੈਰਾਨ ਆ। ਡਰ ਡਰ ਦੇ ਠੋਕਰਾਂ ਖਾਣ ਲਈ ਮਜਬੂਰ ਆ ਬਾਲਾ ਰਾਮ। ਅੱਜ ਰੁਲਦੇ ਨੇ ਨਿਆਸਰਿਆਂ ਨੂੰ ਆਸਰਾ ਮਿਲਣ ਦੇਣ ਦੀ ਲੋੜ ਆ। ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਭਰਾਵੋ ਤੇ ਭੈਣੋ, ਇਨਸਾਨ ਦੇ ਅੰਦਰ ਹੀ ਰੱਬ ਵੱਸਦਾ। ਪੈਰਾਂ ਤੋਂ ਬਕਲਾ ਗਏ ਵਿਚਾਰਾ, ਇਹ ਪਟਿਆਲੇ ਘੁੰਮਦੇ ਰਹਿੰਦੇ ਨੇ, ਜਿਹੜੇ ਪੈਸੇ ਪੂਸੇ ਮੰਗਦੇ ਨੇ ਵਿਚਾਰੇ ਸਾਂਭਦੇ ਹਨ। ਪਹਿਲਾਂ ਇਹਨਾਂ ਕੋਲ ਰੇਹੜੀ ਸੀ, ਉਹਦੇ 'ਚ ਇਹਨਾਂ ਨੇ ਕਾਫੀ ਪੈਸੇ ਇਕੱਠੇ ਕੀਤੇ ਆ। ਪੈਸੇ ਤਾਂ ਹੁਣ ਵੀ ਆ ਬੇਬੇ ਕੋਲ ਹੈਗੇ ਨੇ, ਵੇਖੋ ਹੱਥ ਨਹੀਂ ਲਾਣ ਦਿੰਦੀ। ਇਹ ਦੇਖ ਤੁਮਨੇ ਕਿਤਨੇ ਕਮੀਜ਼ ਪਾ, ਵੇਖ ਇਹਦੇ ਕੋਲ ਪੈਸੇ ਹੁਣ ਵੀ ਹੈ ਨੇ, ਇਹਨੂੰ ਇਹ ਪੈਸੇ ਦਾ ਕੱਢ ਲਏ ਮੇਰੇ। ਹੋਰ ਇਹਨੂੰ ਕੱਪੜਿਆਂ ਕੁੱਪੜਿਆਂ ਦਾ ਵੇਖੋ, ਕੱਪੜੇ ਉਸੇ ਤਰ੍ਹਾਂ ਗੰਦੇ ਪਾਏ ਨੇ, ਤਾਂ ਕੋਲ ਕੀ ਹਾਲਾਤ ਹੋਏ ਨੇ। ਬੇਬੇ ਸਤਿ ਸ਼੍ਰੀ ਅਕਾਲ, ਨਮਸਤੇ, ਕੀ ਹਾਲ ਨੇ ਬਾਬਾ ਜੀ? ਕੀ ਹੋਇਆ ਤੁਹਾਨੂੰ? ਲਿਪਰੋਸੀ, ਬੈਠਣਾ ਉੱਠ ਕੇ? ਬੇਬੇ ਕੋਹੜ ਹੋਇਆ ਬਾਪੂ ਨੂੰ, ਕੋਹੜ ਜੇ ਮੰਦਰੂ ਹੀ ਆ, ਇਹ ਕਰਨ ਠਾ ਕੇ ਬਿਠਾਉਣਾ। ਕੀ ਕਹਿੰਦੇ ਹੋ? ਬਿਠਾਵਾਂ ਹੋਰ ਤਾਂ ਨੂੰ, ਹੁਣ ਠੀਕ ਆ? ਹੋਰ ਬੇਬੇ ਅੱਗੇ ਨੂੰ ਗਾਹ ਜਾਣਾ। ਚਲੋ ਤੋਰ ਮੈਂ, ਲੈ ਲਾ ਬੇਬੇ ਲੈ। ਚਲੋ ਜਿਉਂਦੇ ਵਾਸਤੇ ਰਹਿ ਬਾਈ। ਬੇਬੇ ਨਾਮ ਕੀ ਹੈ ਤੇਰਾ?
ਤੇਰਾ ਨਾਮ ਕੀ ਆ? ਬਾਪੂ ਤੇਰਾ ਨਾਮ ਕੀ ਆ? ਪਾਲਾ ਰਾਮ। ਇਹਦਾ ਕੀ ਨਾਂ ਹੈ? ਮੁੰਨੀ। ਇਹ ਤੇਰੀ ਘਰ ਵਾਲੀ ਆ? ਘਰ ਵਾਲੀ ਆ ਤੇਰੇ? ਤੇਰਾ ਨਾਮ ਪਾਲਾ ਰਾਮ ਆ? ਪਾਲਾ ਵੀ ਕਹਿੰਦੇ ਆ ਨਾ, ਪਾਲਾ ਬਾਲਾ। ਹਾਂ ਪਾਲਾ, ਪਾਲਾ ਵੀ ਕਹਿੰਦੇ ਆ। ਆ ਭਿੱਜੇ ਪਏ ਆ, ਗਿੱਲੇ ਹੋਏ ਪਏ ਆ ਤੁਸੀਂ? ਮੀਂਹ ਆ ਗਿਆ ਸੀ। ਹਾਂ, ਹੁਣ ਇਹਨੂੰ ਕਿੱਥੇ ਲੈ ਕੇ ਜਾਣਾ ਬੇਬੇ? ਨਾ ਹੋ ਰਹੀ ਹੈ ਬਸ। ਹੈ ਨਹੀਂ, ਕਿੱਥੇ ਸੌਂਦੇ? ਕਿੱਥੇ ਰਾਤ ਨੂੰ? ਮੁੰਨੀ ਹੈ ਤੇਰਾ ਨਾਮ? ਮੁੰਨੀ। ਹਾਂ ਮੁੰਨੀ ਹੈ। ਸਾਈਡ ਤੇ ਇਹਨੂੰ ਗੱਲਾਂ ਗੱਡੀਆਂ ਆਉਂਦੀਆਂ ਵਾ। ਮੈਂ ਕਿੰਨੇ ਕੁ ਟਾਈਮ ਤੋਂ ਆਏ ਹੋਏ ਹੋਇਆ? ਆ ਹੱਥ ਦਿਖਾਈ ਆ। ਇਹ ਹੱਥ ਆਈ ਆ ਸ਼ੁਰੂ ਤੋਂ ਹੀ? ਕੀ ਕਰਦਾ, ਕੀ ਖਾਂਦਾ ਪੀਂਦਾ, ਕੀ ਚੱਲਦਾ? ਬਸ ਰੋਟੀ ਪਾਣੀ। ਸੌਣਾ ਕਿੱਥੇ ਰਾਤ ਨੂੰ? ਖੁੱਲੇ ਪੈ ਦੇ ਤੂੰ। ਮੈਨੂੰ ਤਾਂ ਤੁਰਨ ਲੱਗੇ ਨੂੰ ਬਾਲੇ ਤੋਂ ਵੱਡਾ ਮਿਲ ਗਿਆ ਮੈਂ ਹੁੰਦੇ ਤੇ। ਕੋਈ ਰੋਟੀ ਪਾਣੀ ਦੇ ਦਿਆ, ਖਾ ਲਾਂਗਾ। ਲੈ ਬਾਪੂ ਲੈ ਲਾ, ਹੋਰ ਲੈਣੇ ਪੈਸੇ? ਕੀ ਕਰਨੇ ਪੈਸੇ? ਮੁੰਨੀ ਨੇ ਤੂੰ ਵੀ ਲੈ ਲੈ ਪੈਸੇ। ਕੀ ਕਰੇਗੀ ਪੈਸੇ? ਰੋਟੀ ਖਾਏਗੀ? ਰੋਟੀ ਖਾਣੀ ਆ ਤੈਨੂੰ? ਉੱਥੇ ਰੋਟੀ ਖਵਾ ਦਿੰਦੇ, ਆ ਜਾ। ਆ ਚਾਹ ਦੇ, ਆ ਚਾਹ ਪਿਆ ਦਿੰਦੇ ਇੱਥੇ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ। ਇਹ ਬਾਈ ਕਿੰਨੇ ਕੁ ਟਾਈਮ ਦੇ ਇੱਦਾਂ ਘੁੰਮਦੇ ਆ ਇੱਥੇ? ਕਿੰਨੇ ਕੁ ਟਾਈਮ ਤੋਂ ਦੇਖਦੇ ਹੋ? ਮਤਲਬ 5 ਸਾਲ, 10 ਸਾਲ? ਦੋਨੇ ਹੀ ਆਏ? ਹਾਂ, ਰੇੜੀਆਂ ਬਦਲਦੇ ਰਹਿੰਦੇ, ਕਦੇ 3 ਪਹੀਆਂ ਵਾਲੇ ਹੁੰਦੇ, ਕਦੇ ਕੋਈ ਹੁੰਦੇ। ਅੱਛਾ, ਪਹਿਲਾਂ ਬਾਬਾ ਚਲਾਉਂਦਾ ਸੀ ਰੇੜੀ? ਹਾਂ, ਰੇੜੀਆਂ ਕਿਦਾਈ ਆ ਭਾਈ। ਜ਼ਿਆਦਾ ਕਮਜ਼ੋਰ ਹੋ ਗਿਆ ਹੁਣ ਇਹਨੇ ਪਿੱਛਾ ਖੜਾਈ ਲੱਗ ਗਈ। ਹਾਂ ਬਾਪੂ, ਪੈਰਾਂ ਤੇ ਜ਼ਖਮ ਕਿਵੇਂ ਹੋ ਗਏ ਇਹ? ਜੋ ਬਸ ਭਾਈ, ਕਮਜ਼ੋਰੀ ਹੋ ਗਈ। ਕਮਜ਼ੋਰੀ ਹੋ ਗਈ? ਹਾਂ। ਚਾਹ ਪੀਣੀ ਆ ਮੁੰਨੀ? ਹਾਂ ਚਾਹ ਪੀਣੀ ਆ ਜੀ। ਕਹਿੰਦੇ ਉਹ ਉੱਪਰਲੇ ਪਾਸੇ ਲਾਉਣੇ ਆ ਬੇਬੇ ਆਪਾਂ, ਜਾਂ ਉਹ ਉੱਥੇ ਲਾ ਲਾ ਸ਼ਾਮੇ, ਉਹ ਸਟੂਡੀਓ ਤੇ ਸੇਠੀ ਦੇ ਮੂਹਰੇ ਸ਼ਾਮੇ ਲਾ ਲਾ ਸ਼ਾਮੇ। ਕੋਈ ਕਿਤੋਂ ਰੋਟੀ ਖਾ ਲਈ, ਖਾ ਲੇ ਚਾਹ ਹੁਣ ਮਾਲਾ ਕਹਿ ਕੇ ਵਧੀਆ ਜੀ। ਕੁਲਚਾ ਖਾਣਾ ਬੇਬੇ? ਕੁਲਚਾ ਬਹੁਤ ਛੋਟੇ, ਕੁਲਚਾ ਖਵਾ ਜਾ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ ਗੁਰੂ ਮਹਾਰਾਜ ਦਾ ਬਾਕਸਾ। ਸਤਿ ਸ਼੍ਰੀ ਅਕਾਲ ਭੈਣੇ, ਸਤਿ ਸ਼੍ਰੀ ਅਕਾਲ। ਠੀਕ ਹੈ ਭੈਣ, ਠੀਕ। ਇੱਧਰ ਲਾਉਣਾ, ਅੰਦਰ ਨੂੰ ਖੜ ਜਾ, ਸਿੱਧਾ ਕਰ, ਸਟੇਰਿੰਗ ਸਿੱਧਾ ਕਰ। ਉਹ ਅੱਗੇ ਕਰ ਰਿਹਾ ਹਲੇ, ਆਈ ਚਾਹ ਪਣਾਈ ਘੁੱਟ ਕਾਕਾ। ਇਹ ਮੁੰਨੀ ਕਿਤਨੇ ਸਾਲ ਸੇ ਇਧਰ ਘੁੰਮ ਰਹੀ ਹੈ ਐਸੇ? ਭਾਈ ਕੁਲਚਾ ਖਾਏਗੀ? ਕੁਲਚਾ, ਕੁਲਚਾ ਖਾਏਗੀ? ਉਹ ਕੁਲਚਾ ਬਣਾ ਰਿਹਾ। ਸਤਿ ਸ਼੍ਰੀ ਅਕਾਲ ਭੈਣ, ਠੀਕ ਠਾਕ ਹੋ? ਬੜੀ ਤਮੰਨਾ ਸੀ ਤੁਹਾਨੂੰ ਮਿਲਣ। ਥੈਂਕ ਯੂ। ਆਲੇ ਕੋ ਰੱਬ ਕੀ ਬਣਾ ਰੱਬ। ਆ ਦੇ ਦੋ ਉਹ ਆ ਬਚਾਰੀ, ਇੱਧਰ ਹੀ ਉੱਧਰ ਖੜੀ ਹੈ। ਤੂੰ ਵੀ ਖਾਏਂਗਾ ਬਾਪੂ?
ਖਾ ਲੈ। ਤਾਂ ਇੱਕ ਪਲੇਟ ਹੋਰ ਦੇ ਦੇ। ਸੇਵਾ ਤਾਂ ਸਾਰੇ ਕਰਾਂ। ਖਾ ਬਾਪੂ। ਮੈਂ ਵੀ ਖਾ ਲਾ ਨਾਲ, ਦੋਨੇ ਖਾ ਲੈਂਦੇ ਆਪਾਂ। ਖਾ ਲੈ ਮੱਟੀ ਬਾਅਦ ਖਾ ਲਈ ਚਾਹ ਨਾ। ਖਾ ਲੈ ਲੈ ਬਾਪੂ ਬਸ। ਉਹ ਲੈ ਲੈ ਕੋਲ ਪਟਿਆਲੇ। ਠੀਕ ਹੈ ਬਾਪੂ। ਬੱਚੇ ਕਿੰਨੇ ਤੇਰੇ? ਬੱਚੇ ਇੱਕ ਮੁੰਡਾ ਦਾ ਇੱਕ ਕੁੜੀ। ਮੁੰਡਾ ਤੇ ਕੁੜੀ ਇੱਕ ਹੈ? ਮਰ ਗਏ ਦੋਨੇ। ਮਰ ਗਏ ਇੱਕ ਕੁੜੀ ਹੈ, ਦੱਸਦੇ ਲੋਕ ਵੀ ਤੇਰੇ ਨਾਲ ਹੁੰਦੀ ਸੀ ਇੱਕ ਛੋਟੀ ਜਿਹੀ ਕੁੜੀ 10-11 ਸਾਲਾਂ ਦੀ। ਹਾਂ ਰਾਣੀ। ਰਾਣੀ ਸੋਹਣੀ ਜੀ ਕੁੜੀ, ਉਹ ਕਿੱਥੇ ਆ? ਵਾਹ ਹੈ ਮਿਲਦੀ ਨਹੀਂ। ਵਾਹ ਚੋਰਾਂ ਮਿਲਦੀ ਨਹੀਂ? ਕਿੱਥੇ ਗਈ? ਚੱਕ ਲਈ ਚੋਰਾਂ ਨੇ। ਚੋਰਾਂ ਨੇ ਚੱਕ ਲਈ? ਨਹੀਂ ਫਿਰ ਥਾਣੇ ਨਹੀਂ ਗਏ ਤੁਸੀਂ? ਗਏ ਤਾਂ ਥਾਣੇ ਵਾਲੇ। ਥਾਣੇ ਵਾਲੇ ਕੀ ਕਹਿੰਦੇ? ਨੂੰ ਆ ਜਾਏਗੀ, ਆ ਜਾਏਗੀ ਬੋਲ ਕੇ। ਕਹਿੰਦੇ ਆ ਜਾਏਗੀ। ਕਿੰਨੇ ਸਾਲਾਂ ਦੀ ਸੀ ਉਹ? ਪੂਰੀ ਚੱਕੀ ਦੀ ਉਹ ਜੋ ਹੈ ਨਾ ਬਣਾ ਦੇਵੀ ਦਾ ਮੰਦਰ। ਹੈ ਦੇਵੀ ਦਾ ਮੰਦਰ ਹੈ। ਕੌਣ? ਦੇਵੀ ਦੇ ਮੰਦਰ ਵਾ ਚੱਕੀ, ਦੇਵੀ ਦੇ ਮੰਦਰ ਦੇ ਬਾਹਰ। ਨਹੀਂ ਕਿੰਨੇ ਸਾਲਾਂ ਦੀ ਸੀ ਉਹ? ਵਾਹ 12-13 ਸਾਲ ਕੀ। 12 ਸਾਲਾਂ ਦੀ ਸੀ। ਕੀ ਨਾਮ ਸੀ ਉਹਦਾ? ਪੂਜਾ ਦਾ। ਪੂਜੀ ਉਹਦਾ ਨਾਂ ਕੀ ਸੀਗਾ ਕੁੜੀ ਦਾ? ਪੂਜੀ। ਰਾਣੀ ਕੀ ਨਾਂ ਸੀ? ਰਾਣੀ ਤਾਂ ਬੜੀ ਹੋਣੀ, ਵੱਡੀ ਰਾਣੀ ਸੀ। ਛੋਟੀ ਦਾ ਕੀ ਨਾਂ ਸੀ? ਛੋਟੀ ਦਾ ਨਾਂ ਪੂਜੀ। ਕੀ? ਪੂਜੀ। ਪੂਜੂ? ਹਾਂ ਪੂਜਾ। ਪੂਜਾ? ਹਾਂ ਪੂਜਾ। ਪੂਜਾ ਠੀਕ ਹੈ ਬਾਪੂ। ਤੇ ਬਾਪੂ ਆ ਤੇਰੇ ਹੱਥ ਤੇ ਕੀ ਹੋਇਆ ਹੋਇਆ? ਜੋ ਬਸ ਜ਼ਖਮ ਹੋਇਆ ਹੋਇਆ। ਹਾਂ ਜ਼ਖਮ ਹੋ ਗਿਆ। ਆ ਪੈਰ ਵੀ ਹੈ ਨਹੀਂ ਹੈ? ਹਾਂ ਜੋ ਪੈਰ ਵੀ ਨਹੀਂ ਹੈ। ਆ ਪੈਰ ਦਿਖਾਈ ਬਾਪੂ, ਜੋ ਵੀ ਟੁੰਟ ਪੁੰਡ ਹੋ ਗਿਆ। ਇਹ ਵੀ ਪੈਰ ਹੈ ਨਹੀਂਗਾ? ਪੈਰ ਮਰਿਆ ਸਾਬ ਤੇ ਗਏ। ਇਹ ਕੱਟੇ ਗਏ ਪੈਰ? ਇਹ ਕਾਹਦੇ ਨਾਲ ਹੋ ਗਿਆ ਬਾਪੂ? ਐ ਝੜ ਗਏ। ਝੜ ਗਏ? ਹਾਂ। ਆ ਹੱਥ ਦਿਖਾਈ। ਦੇਖੋ ਜੀ ਲੈਟਰੀਨ ਲੱਗੀ ਹੋਈ ਹੱਥਾਂ ਨੂੰ, ਉਹਨਾਂ ਹੱਥਾਂ ਨਾਲ ਹੀ ਬਾਪੂ ਹੁਣ ਵਿਚਾਰਾ ਖਾ ਕੇ ਹਟਿਆ, ਚਾਹ ਪੀ ਕੇ ਹਟਿਆ। ਆ ਦੇਖੋ ਆ ਟੋਇਲਟ ਲੱਗੀ ਹੋਈ ਆ, ਕਿਉਂਕਿ ਹੱਥਾਂ ਨਾਲ ਹੀ ਕੱਢ ਕੇ ਲੈਟਰੀਨ ਛੱਡ ਦੇਣੀ ਆ ਬਾਈ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਖੜੇ ਹਾਂ ਜੀ ਪਟਿਆਲੇ। ਇਹ ਕਿਹੜਾ ਗੇਟ ਹੈ ਜੀ? ਇਹ ਸ਼ੇਰਾਂ ਵਾਲਾ ਗੇਟ ਆ ਜੀ। ਆ ਤੁਸੀਂ ਦੇਖੋ ਕਾਲੀ ਦੇਵੀ ਮਾਤਾ ਦਾ ਮੰਦਰ ਆ ਇੱਥੇ ਪਟਿਆਲੇ। ਕਾਲੀ ਮਾਤਾ ਦਾ ਮੰਦਰ ਬਹੁਤ ਵੱਡਾ ਮੰਦਰ ਆ, ਬਹੁਤ ਮਸ਼ਹੂਰ ਮੰਦਰ ਆ। ਅਤੇ ਅੱਜ ਅਸੀਂ ਇੱਥੇ ਪਟਿਆਲੇ ਸ਼ਹਿਰ 'ਚ ਪਹੁੰਚੇ ਹਾਂ। ਭੁਪਿੰਦਰ ਬਾਈ ਸਾਡੀ ਟੀਮ ਦੇ ਮੈਂਬਰ ਆ, ਅਤੇ ਇਹਨਾਂ ਦੇ ਸਹਿਯੋਗ ਨਾਲ ਅੱਜ ਅਸੀਂ ਇੱਕ ਮਾਂ ਨੂੰ ਅਤੇ ਇੱਕ ਬਾਪੂ ਨੂੰ ਆਪਣੇ ਨਾਲ ਲੈ ਕੇ ਚੱਲੇ ਹਾਂ। ਬਾਪੂ ਬਾਲਾ ਰਾਮ ਪਿੰਡ ਆ ਬਾਪੂ ਦਾ, ਨਾਮ ਆ ਬਾਪੂ ਦਾ ਅਤੇ ਪਿੰਡ ਬਾਪੂ ਦੱਸਦਾ ਕਿਹੜਾ ਬਾਪੂ?
ਡੌਂਦੀ ਮਾਜਰਾ ਗੌਂਦੀ ਮਾਜਰਾ ਡੌਂਦੀ ਮਾਜਰਾ ਕੜਾਮ ਦੇ ਕੋਲੇ ਪੈਂਦਾ ਪਿੰਡ ਡੌਂਦੀ ਮਾਜਰਾ ਉੱਥੋਂ ਦਾ ਰਹਿਣ ਵਾਲਾ ਇੱਕ ਬੇਟਾ ਇੱਕ ਬੇਟੀ ਆ ਬੇਟੀ ਬਾਪੂ ਕਹਿੰਦਾ ਲੱਭਦੀ ਨਹੀਂ ਕਿੱਥੇ ਗਈ ਚੋਰੀ ਹੋ ਗਈ ਕਹਿੰਦਾ 11-12 ਸਾਲਾਂ ਦੀ ਧੀ ਚੋਰੀ ਹੋ ਗਈ ਗਰੀਬ ਦੀ ਅਤੇ ਥਾਣੇ ਵੀ ਗਿਆ ਸੀ ਰਿਪੋਰਟ ਲਿਖਾਉਣ ਕਹਿੰਦੇ ਆ ਜੂਗੀ ਕੋਈ ਨਾ ਫਿਕਰ ਨਾ ਕਰ ਮੁੜੇ ਆਊਗੀ ਪਰ ਇਹ ਬੁੱਢਾ ਬਾਪੂ ਜਿਹਦੇ ਪੈਰ ਝੜ ਗਏ ਨੇ ਦੋਨੇ ਅਤੇ ਹੱਥ ਇੱਦਾਂ ਤੁਸੀਂ ਦੇਖੋ ਕਿਵੇਂ ਐਲ ਬਣੀ ਪਈ ਆ ਅਤੇ ਰੇਹੜੀ ਦੇ ਉੱਤੇ ਪਿਆ ਅਤੇ ਆਹ ਮਾਤਾ ਇਹ ਰੇਹੜੀ ਖਿੱਚਦੀ ਆ ਰੁੜਦੀ ਆ ਕਈ ਕਈ ਕਿਲੋਮੀਟਰ ਸ਼ਹਿਰ ਦੇ ਵਿੱਚ ਮਾਤਾ ਦੇ ਕੁੜਤਾ ਪਾਇਆ ਬਾਪੂ ਵਾਲਾ ਹੀ ਅਤੇ ਕੱਛਾ ਪਾਇਆ ਥੱਲੇ ਬਸ ਨੰਗੇ ਪੈਰ ਆ ਹੁਣ ਮੀਂਹ ਪੈ ਕੇ ਹਟਿਆ ਪਟਿਆਲੇ ਸ਼ਹਿਰ 'ਚ ਜ਼ੋਰਦਾਰ ਬਾਰਿਸ਼ ਹੋ ਕੇ ਹਟੀ ਆ ਹੁਣ ਤੋਂ ਇੱਕ ਘੰਟਾ ਅੱਧਾ ਘੰਟਾ ਪਹਿਲਾਂ ਅਤੇ ਇਹ ਗਿੱਲੇ ਹੋਏ ਪਏ ਆ ਭਿੱਜੇ ਆ ਸਾਰੇ ਕੱਪੜੇ ਇਹਨਾਂ ਦੇ ਗਿੱਲੇ ਹੋਏ ਹੋਏ ਆ ਅਤੇ ਇਹਨਾਂ ਕੱਪੜਿਆਂ 'ਚ ਹੀ ਇਹਨਾਂ ਦੀ ਜ਼ਿੰਦਗੀ ਬਸੀ ਆ ਆਹ ਗਲੇ ਹੋਏ ਕੇਲੇ ਪਏ ਨੇ ਕਿਸੇ ਨੇ ਦੇ ਤੇ ਆਹ ਕਿਸੇ ਨੇ ਫੁਲਕਾ ਦੇ ਤਾ ਆਹ ਪਏ ਨੇ ਹੁਣ ਅਸੀਂ ਇੱਥੇ ਰੋਕਿਆ ਕੁਲਚੇ ਖਵਾਏ ਆ ਇੱਕ ਪਲੇਟ ਬੇਬੇ ਕੁਲਚੇ ਖਾ ਗਈ ਚਾਹ ਪੀ ਗਿਆ ਮੱਠੀਆਂ ਖਾ ਗਿਆ ਬਾਪੂ ਵਿਚਾਰਾ ਅਤੇ ਆਹ ਕਿਸੇ ਨੇ ਆਲੂ ਦੇ ਤੇ ਆਹ ਆਲੂ ਰੱਖੀ ਫੱਡਾ ਸਿਰਾਣੇ ਆਹ ਬੋਤਲ ਸਰ੍ਹੋਂ ਦੇ ਤੇਲ ਦੀ ਜੇ ਤੜਕਾ ਲਾਉਣਾ ਪੈ ਗਿਆ ਕਿਤੇ ਸਰ੍ਹੋਂ ਦਾ ਤੇਲ ਆ ਬੋਤਲ 'ਚ ਜੇ ਕੋਈ ਹੋਰ ਵੀ ਦੇ ਦਿੰਦਾ ਉਹ ਤੋਂ ਵੀ ਪਵਾ ਲੈਂਦਾ ਸਿਰਾਣਾ ਗਿੱਲਾ ਹੋਇਆ ਪਿਆ ਆਹ ਗਿੱਲੇ ਹੋਏ ਕੱਪੜੇ ਆ ਬੂਟ ਦੇ ਤੇ ਕਿਸੇ ਨੇ ਇਹ ਜ਼ਿੰਦਗੀ ਇਹਨਾਂ ਦੀ ਇਹੀ ਇਹਨਾਂ ਦਾ ਘਰ ਆ ਰਾਤ ਨੂੰ ਇਹ ਇੱਥੇ ਹੀ ਇੱਦਾਂ ਹੀ ਕਿਤੇ ਸੌਂ ਸੂ ਜਾਂਦੇ ਨੇ ਭੁਪਿੰਦਰ ਸਿੰਘ ਦੱਸਦਾ ਇਹਦਾ ਰੇੜਾ ਕੋਈ ਖੋ ਕੇ ਲੈ ਗਿਆ ਪਹਿਲਾਂ ਇੱਕ ਚੋਰੀ ਛੇਵੀਂ ਰੇੜੀ ਆ ਜੀ ਛੇਵੀਂ ਰੇੜੀ ਆ ਛੇਵੀਂ ਭੁਪਿੰਦਰ ਭਾਈ ਵਿਚਾਰਿਆਂ ਦੀ ਜਿਹੜੀ ਦੂਜੀ ਹੱਥ ਨਾਲ ਰੇੜ ਨਹੀਂ ਦੀ ਵਿੱਚ ਡੰਡੇ ਵਾਲੀ ਇੱਕ ਹੁੰਦੀ ਏ ਉਹ ਵੀ ਕੋਈ ਖੋ ਕੇ ਲੈ ਗਿਆ ਅਮਲੀ ਭਾਈ ਤੁਹਾਨੂੰ ਪਤਾ ਹੀ ਪੈਸੇ ਵੀ ਤੁਸੀਂ ਦੱਸ ਦਿਓ ਇਹਨਾਂ ਦੇ ਪੈਸੇ ਖੋਏ ਨੇ ਬਾਬਾ ਮੁੰਨਾ ਕੇ ਪੈਸੇ ਪਰਸੋਂ ਕਿਸ ਨੇ ਖੋਸੇ ਪੂਰੀ ਦੇ ਆ ਕਿੰਨੇ ਪੈਸੇ ਕੇ ਖੋਸ ਲਈ ਉਹ ਕੀ ਨਾਂ ਲੈਂਦਾ ਉਹਦਾ ਕਿੰਨਾ ਦਾ ਮੁੰਡਾ ਪੂਰੀ ਦੇ ਆ ਕਿੰਨਾ ਟਾਇਆਂ ਦਾ ਮੁੰਡਾ ਹੈ ਖੋ ਕੇ ਲੈ ਗਿਆ ਖੋ ਕੇ ਨਾਲੇ ਕੁੱਟ ਕੇ ਗਏ ਨੇ ਜਿਹੜੇ ਨੂੰ ਮੇਰਾ ਚੋਰ ਦੇਖੋ ਉਹ ਜ਼ਾਲਮ ਬੰਦੇ ਉਹ ਦੇਖੋ ਇਹ ਮਤਲਬ ਕੀ ਕਹੀਏ ਉਹ ਗੱਲ ਆ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਅੱਜ ਵੀ ਅਹਿਮਦ ਸ਼ਾਹ ਇੱਥੇ ਹੀ ਫਿਰਦੇ ਅੱਜ ਵੀ ਲੁਟੇਰੇ ਇੱਥੇ ਹੀ ਆ ਗਏ ਨਹੀਂ ਕਿਤੇ ਸਾਡੇ ਵਿੱਚ ਹੀ ਆ ਸਾਡੇ ਨਾਲ ਹੀ ਤੁਰੇ ਫਿਰਦੇ ਆ ਆਹ ਦੇਖੋ ਇਹੋ ਜਿਹੇ ਬੰਦੇ ਤੋਂ ਪੈਸੇ ਖੋ ਕੇ ਬੰਦਾ ਕਰੂਗਾ ਕੀ ਮੈਂ ਹੈਰਾਨ ਹਾਂ ਵੀ ਇਹੋ ਜਿਹੀ ਕਿਹੜੀ ਉਹਦੀ ਤਮਾ ਸੀ ਇਹੋ ਜਿਹੀ ਕਿਹੜੀ ਉਹਦੀ ਜ਼ਰੂਰਤ ਪੂਰੀ ਹੋਈ ਹੋਊ ਵੀ ਇਹਨਾਂ ਦੇ ਪੈਸੇ ਖੋਲੇ ਵਿਚਾਰਿਆਂ ਦੇ ਆਹ ਛੇਵੀਂ ਰੇਹੜੀ ਆ ਬਾਈ ਦੱਸਦਾ ਪਹਿਲਾਂ ਇੱਕ ਰੇਹੜੀ ਖੋਲੀ ਜਿਹੜੀ ਇੱਦਾਂ ਹੱਥਾਂ ਨਾਲ ਚਲਾਉਣ ਵਾਲੀ ਹੁੰਦੀ ਆ ਟਰਾਈ ਸਾਈਕਲ ਫਿਰ ਕਿਸੇ ਨੇ ਰੇਹੜੀ ਲੈਤੀ ਫਿਰ ਵੀਲ ਚੇਅਰ ਲੈਤੀ ਕਿਸੇ ਨੇ ਫਿਰ ਵੀਲ ਚੇਅਰ 'ਤੇ ਲਈ ਫਿਰਦੀ ਰਹੀ ਬੇਬੇ ਇਹਨੂੰ ਆਹ ਵੀਲ ਚੇਅਰ ਤੋਂ ਡਿੱਗ ਪਿਆ ਸੱਟਾਂ ਲੱਗੀਆਂ ਫਿਰ ਇਹ ਬਾਈ ਭੁਪਿੰਦਰ ਕਹਿੰਦਾ ਅਸੀਂ 2-4 ਬੰਦਿਆਂ ਨੇ ਰਲ ਕੇ ਕਹਿ ਕਹਾ ਕੇ ਆਹ ਰੇਹੜੀ ਲੈ ਕੇ ਦਿੱਤੀ ਆ ਹੁਣ ਮਤਲਬ ਐਂ ਜ਼ਿੰਦਗੀ ਰੇਹੜੀ 'ਤੇ ਚੱਲਦੀ ਆ ਮਾਤਾ ਦਾ ਨਾਂ ਮੁੰਨੀ ਆ ਮੁੰਨੀ ਹੈ ਮਾਤਾ ਦਾ ਨਾਮ ਅਤੇ ਬਾਪੂ ਦਾ ਨਾਮ ਬਾਲਾ ਰਾਮ ਆ ਅਤੇ ਇਹ ਬਾਲਾ ਅਤੇ ਮੁੰਨੀ ਅੱਜ ਪਟਿਆਲੇ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਆਪਾਂ ਸਾਰਿਆਂ ਤੋਂ ਹੀ ਇੱਕ ਸਵਾਲ ਪੁੱਛਦੇ ਘੁੰਮਦੇ ਹਾਂ ਆਪਾਂ ਸਾਰਿਆਂ ਤੋਂ ਹੀ ਇਹ ਇੱਕ ਸਵਾਲ ਲੈ ਕੇ ਤੁਰੇ ਫਿਰਦੇ ਆ ਵੀ ਭਰਾਵੋ ਅਸੀਂ ਕੌਣ ਆ ਅਸੀਂ ਕਿਹਦੇ ਵਾਰਸ ਹਾਂ ਅਸੀਂ ਕੀ ਹਾਂ ਅਸੀਂ ਕਿਹੜੀ ਸੁਸਾਇਟੀ ਦਾ ਹਿੱਸਾ ਅਸੀਂ ਉਸੇ ਧਰਤੀ 'ਤੇ ਆਏ ਹੋਏ ਅੱਜ ਜਿਹੜੀ ਗੁਰੂਆਂ ਪੀਰਾਂ ਦੀ ਅਸੀਂ ਉਸੇ ਸ਼ਹਿਰ 'ਚ ਘੁੰਮ ਰਹੇ ਹਾਂ ਜਿੱਥੇ 33 ਕਰੋੜ ਦੇਵੀ ਦੇਵਤਿਆਂ ਦੀ ਗੱਲ ਕਹਿ ਕੇ ਹਰ ਰੋਜ਼
ਲੱਖਾਂ ਕਰੋੜਾਂ ਦਾ ਦਾਨ ਦਿੱਤਾ ਜਾਂਦਾ। ਅਸੀਂ ਉਸੇ ਦੁਨੀਆ ਦੇ ਵਿੱਚ ਹਾਂ ਜਿਹੜੀ ਦੁਨੀਆ ਇਹ ਕਹਿੰਦੀ ਆ ਵੀ ਪਹਿਲਾਂ ਆਪਦੇ ਖਾਣ ਤੋਂ ਪਹਿਲਾਂ ਦੂਸਰੇ ਦੇ ਬਾਰੇ ਸੋਚਣਾ। ਅਸੀਂ ਉਹਨਾਂ ਲੋਕਾਂ ਦੇ ਵਿੱਚ ਰਹਿ ਰਹੇ ਹਾਂ ਜਿਹੜੇ ਆਪਣੇ ਆਪ ਨੂੰ ਇਨਸਾਨ ਸਮਝਦੇ ਆ। ਅਸੀਂ ਉਹਨਾਂ ਲੋਕਾਂ 'ਚ ਹੀ ਰਹਿ ਰਹੇ ਹਾਂ ਜਿਨ੍ਹਾਂ ਦੇ ਦਿਲਾਂ 'ਚ ਭਗਵਾਨ ਵੱਸਦਾ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪੀਰ ਪੈਗੰਬਰ ਕਹਿੰਦੇ ਥੱਕ ਗਏ। ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਭਰਾਵੋ ਅਤੇ ਭੈਣੋ, ਇਨਸਾਨ ਦੇ ਅੰਦਰ ਹੀ ਰੱਬ ਵੱਸਦਾ। ਪਰ ਨਹੀਂ, ਇਹਨਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ, ਇਹਨਾਂ ਨੂੰ ਇਹਨਾਂ ਦੇ ਸਵਾਲ ਦਾ ਕੋਈ ਜਵਾਬ ਨਹੀਂ ਦੇ ਰਿਹਾ ਵੀ ਹਾਂ ਤੁਸੀਂ ਉਸੇ ਦੇਸ਼ ਦੇ ਵਸਿੰਦੇ ਹੋ ਜਿੱਥੇ ਇਨਸਾਨ ਨੂੰ ਰੱਬ ਮੰਨਿਆ ਜਾਂਦਾ, ਜਿੱਥੇ ਇਸੇ ਜੈਲਸੀ ਦੇ ਮਾਰੇ ਸਾਨੂੰ ਮੁਗਲਾਂ ਨੇ ਲੁੱਟਿਆ ਆ ਕੇ, ਅੰਗਰੇਜ਼ਾਂ ਨੇ ਲੁੱਟਿਆ ਆ ਕੇ। ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਸੋਨੇ ਨਾਲ ਚਿੜੀ ਨਹੀਂ ਸੀ ਬਣੇ ਅਸੀਂ, ਸਾਡੇ ਦਿਲ ਰਾਜਿਆਂ ਬਾਰੇ ਸੀ ਵਰਗੇ ਸੀ। ਸਾਡੇ ਘਰ ਦੇ ਬਾਹਰ ਜੇ ਕੋਈ ਆ ਕੇ ਰਸਤਾ ਪੁੱਛਦਾ ਸੀ ਉਹਦੇ ਨਾਲ, ਉਹਦੇ ਘਰ ਤੱਕਰ ਛੱਡ ਕੇ ਆਉਣ ਵਾਲੇ ਲੋਕ, ਸਾਡੇ ਘਰ ਦੇ ਬਾਹਰ ਕਿਤੇ ਕੋਈ ਰੋਟੀ ਮੰਗਣ ਲਈ ਭੁੱਖਾ ਆ ਜਾਵੇ ਨਾ, ਤਾਂ ਅਸੀਂ ਪਹਿਲਾਂ ਉਹਨੂੰ ਸਿਖਾਉਂਦੇ ਹਾਂ ਆਪਦਾ ਸਾਰਾ ਕੁਝ ਛੱਡ ਕੇ ਅਸੀਂ ਉਹਦੇ ਵੱਲ ਹੋਣ ਵਾਲੇ ਲੋਕ। ਅੱਜ ਸਾਡੇ ਘਰਾਂ ਦੇ ਬਾਹਰ ਆਹ ਹਾਲਾਤ 'ਚ ਘੁੰਮ ਰਿਹਾ ਬਾਲਾ ਰਾਮ, ਅੱਜ ਸਾਡੀਆਂ ਦਰ ਦਰ ਦੇ ਠੋਕਰਾਂ ਖਾਣ ਲਈ ਮਜਬੂਰ ਆ ਬਾਲਾ ਰਾਮ। ਕਿਉਂ ਅਸੀਂ ਇੰਨੇ ਬਦਲ ਗਏ, ਕਿਉਂ ਅਸੀਂ ਆਪਣੇ ਆਪ ਨੂੰ ਇੰਨਾ ਬਦਲ ਲਿਆ। ਅੱਜ ਅਸੀਂ ਚੰਦ 'ਤੇ ਪਹੁੰਚ ਗਏ ਹਾਂ ਪਰ ਜ਼ਮੀਨ ਤੋਂ ਸਾਡੀਆਂ ਜੜ੍ਹਾਂ ਟੁੱਟ ਗਈਆਂ ਵਾ। ਕਿਉਂ ਅੱਜ ਦੇਵੀ ਮਾਤਾ ਦਾ ਮੰਦਰ, ਕਾਲੀ ਮਾਤਾ ਦੇ ਮੰਦਰ ਦੇ ਬਾਹਰ ਜਿੱਥੇ ਲੋਕ ਲੱਖਾਂ ਲੋਕ ਨਮਸਤਕ ਹੋਣ ਆਉਂਦੇ ਆ, ਜਿੱਥੇ ਕਰੋੜਾਂ ਦੀਆਂ ਦੁਆਵਾਂ ਦੇਣ ਆਉਂਦੇ ਨੇ, ਜਿੱਥੇ ਕਰੋੜਾਂ ਦਾ ਚੜਾਵਾ ਚੜਾਉਣ ਆਉਂਦੇ ਨੇ, ਉੱਥੇ ਇਹਨਾਂ ਦੇ ਲਈ ਕੁਛ ਵੀ ਨਹੀਂ। ਕੋਈ ਸੁਸਾਇਟੀ, ਕੋਈ ਸੰਸਥਾ ਕੋਈ ਕੰਮ ਨਹੀਂ ਕਰਦੀ, ਕੋਈ ਧਾਰਮਿਕ ਜਥੇਬੰਦੀ ਕੋਈ ਇੱਦਾਂ ਦਾ ਉਪਰਾਲਾ ਨਹੀਂ ਕਰ ਸਕੀ ਅੱਜ ਤੱਕਰ। ਗੱਲ ਅੱਜ ਇਕੱਲੇ ਬਾਲਾ ਰਾਮ ਦੀ ਨਹੀਂ, ਗੱਲ ਅੱਜ ਇਕੱਲੀ ਮੁੰਨੀ ਮਾਤਾ ਦੀ ਨਹੀਂ, ਗੱਲ ਇਹਨਾਂ ਵਰਗੇ ਬਹੁਤ ਸਾਰੇ ਹੋਰ ਲੋਕਾਂ ਦੀ ਆ। ਅਸੀਂ ਲੁਧਿਆਣੇ ਸ਼ਹਿਰ ਤੋਂ ਚੱਲ ਕੇ ਆਏ ਹਾਂ ਇੱਥੇ। ਜੇ ਗੱਲ ਕਰੀਏ ਸਾਡੇ ਸ਼ਹਿਰ ਦੇ ਵਿੱਚ ਹੀ ਬਹੁਤ ਸਾਰੇ ਲੋਕ ਬੈਠੇ ਨੇ ਜਿਨ੍ਹਾਂ ਨੂੰ ਲੋੜ ਆ। ਹਰ ਇੱਕ ਦੀ ਅਸੀਂ ਵੀ ਨਹੀਂ ਮਦਦ ਕਰ ਸਕਦੇ, ਪਰ ਸਿਸਟਮ ਨੂੰ ਕੰਮ ਕਰਨਾ ਆਉਣਾ ਪੈਣਾ, ਸਿਸਟਮ ਨੂੰ ਬਦਲਣਾ ਪੈਣਾ। ਲੋਕਾਂ ਨੇ ਬਦਲ ਲਿਆ ਆਪਣੇ ਆਪ ਨੂੰ, ਲੋਕਾਂ ਨੇ ਆਪਦੇ ਕਲਚਰ ਨੂੰ ਬਦਲ ਲਿਆ, ਲੋਕਾਂ ਨੇ ਆਪਦੀ ਸੱਭਿਅਤਾ ਬਦਲ ਲਈ, ਲੋਕਾਂ ਨੇ ਸਾਡੀ ਪੰਜਾਬ ਇੱਥੋਂ ਦੀ ਸੱਭਿਅਤਾ ਛੱਡ ਕੇ ਪੱਛਮੀ ਸੱਭਿਅਤਾ ਅਪਣਾ ਲਈ। ਅਸੀਂ ਮਾਂ ਬਾਪ ਨੂੰ ਆਸ਼ਰਮਾਂ 'ਚ ਛੱਡਣ ਦੀ ਗੱਲ ਕਰਦੇ ਹਾਂ, ਅੱਜ ਅਸੀਂ ਆਪਣੀ ਉਹ ਦਲੀਲ ਦਿੰਦੇ ਹਾਂ ਜਿਹੜੀ ਇੱਕ ਬੇਸ਼ਰਮ ਬੰਦਾ ਵੀ ਨਹੀਂ ਦੇ ਸਕਦਾ। ਫੋਨ ਕਰਕੇ ਪੁੱਛਦੇ ਹਾਂ ਵੀ ਮੈਂ ਬਾਈ ਬਾਹਰ ਰਹਿੰਦਾ ਜਾਂ ਮੈਂ ਕੋਈ ਜੋਬ ਕਰਦਾ, ਮੇਰੀ ਮਾਂ ਇਕੱਲੀ ਆ ਘਰੇ, ਵੀ ਉਹਨੂੰ ਰੱਖਣ ਵਾਸਤੇ ਕਮਰਾ ਹੈਗਾ ਕੋਈ, ਅਸੀਂ ਪੈਸੇ ਦੇ ਸਕਦੇ ਹਾਂ। ਇੱਦਾਂ ਦੇ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ। ਜਦੋਂ ਅਸੀਂ ਸਾਰਾ ਕੁਝ ਬਦਲ ਰਹੇ ਹਾਂ ਫਿਰ ਸਾਡਾ ਸਿਸਟਮ ਕਿਉਂ ਨਹੀਂ ਬਦਲ ਰਿਹਾ? ਫਿਰ ਇੱਦਾਂ ਦੇ ਸ਼ੈਲਟਰ ਕਿਉਂ ਨਹੀਂ ਬਣ ਰਹੇ? ਫਿਰ ਸਾਡੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ SGPC ਦੀ ਜੇ ਆਪਾਂ ਗੱਲ ਕਰੀਏ, ਅੱਜ ਜੇ ਨਿਆਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਬਣਾਉਣ ਦਾ ਸਮਾਂ ਵਾ ਤਾਂ ਅੱਜ ਹੀ ਸਹੀ ਸਮਾਂ। ਅੱਜ ਰੁਲਦੇ ਨੇ ਨਿਆਸਰਿਆਂ ਨੂੰ ਆਸਰਾ ਮਿਲਣ ਦੇਣ ਦੀ ਲੋੜ ਆ। ਅੱਜ ਹਜ਼ਾਰਾਂ ਕਿੱਲਾ ਜ਼ਮੀਨ ਦਾ SGPC ਕੋਲ, ਜੇ ਹਰ ਇੱਕ ਸ਼ਹਿਰ 'ਚ 20-25 ਕਿੱਲਿਆਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਨਿਧਰਿਆਂ ਦੀ ਧਿਰ ਨਿਆਸਰਿਆਂ ਦੇ ਆਸਰੇ ਨਿਓਟਿਆਂ ਦੀ ਓਟ ਬਣਾਈਆਂ ਜਾਣ ਤਾਂ ਇੱਦਾਂ ਰੁਲਣਾ ਨਾ ਪਵੇ ਸਾਡੀਆਂ ਮਾਵਾਂ ਨੂੰ, ਇੱਦਾਂ ਰੁਲਣਾ ਨਾ ਪਵੇ ਬਾਲਾ ਰਾਮ ਹੁਣਾਂ ਨੂੰ। ਬਾਲਾ ਰਾਮ ਇੱਕ ਉਮੀਦ ਨਾਲ ਹਰ ਰੋਜ਼ ਨਿਕਲਦਾ ਸਵੇਰੇ ਉਹ ਘਰੋਂ ਵੀ ਸ਼ਾਇਦ ਕੋਈ ਆਊ ਮੇਰਾ ਪੁੱਤ
ਜਿਹੜਾ ਕਹੂਗਾ ਬਾਪੂ ਕਿਉਂ ਰੁਲਦਾ ਫਿਰਦਾ, ਚੱਲ ਮੇਰੇ ਕੋਲ, ਮੈਂ ਸੇਵਾ ਕਰਦਾ ਤੇਰੀ। ਹਰ ਰੋਜ਼ ਇੱਥੋਂ ਨਿਕਲ ਕੇ ਦਰ ਦਰ ਦੀਆਂ ਠੋਕਰਾਂ ਖਾਂਦੇ ਨੇ ਵੀ ਕੋਈ ਤਾਂ ਰੱਬ ਦਾ ਬੰਦਾ ਆਊਗਾ, ਕੋਈ ਤਾਂ ਆ ਕੇ ਕਹੂਗਾ ਬਾਪੂ ਮੈਂ ਤੇਰਾ ਪੁੱਤ ਹਾਂ। ਪਰ ਧੰਨਵਾਦ ਉਸ ਅਕਾਲ ਪੁਰਖ ਵਾਹਿਗੁਰੂ ਦਾ, ਸਾਨੂੰ ਕਲਯੁਗੀਆਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਅੱਜ ਇੰਨੀ ਕੁ ਸਮੱਤ ਬਖਸ਼ੀ ਆ ਵੀ ਅਸੀਂ ਲੁਧਿਆਣੇ ਤੋਂ ਇੱਥੇ ਪਹੁੰਚੇ ਹਾਂ, ਬਾਪੂ ਬਾਲਾ ਰਾਮ ਅਤੇ ਮੁੰਨੀ ਮਾਂ ਨੂੰ ਲੈਣ ਆਏ ਹਾਂ। ਧੰਨਵਾਦ ਭੁਪਿੰਦਰ ਬਾਈ ਦਾ ਜਿਹੜਾ 7 ਮਹੀਨਿਆਂ ਤੋਂ ਇਹਨਾਂ ਦੇ ਮਗਰ ਲੱਗਿਆ। 7 ਮਹੀਨੇ ਪਹਿਲਾਂ ਇਹਨਾਂ ਨੂੰ ਇਹ ਦੋਨੇ ਮਿਲੇ ਸੀ ਬਾਈ ਨੂੰ। 7 ਮਹੀਨਿਆਂ ਤੋਂ ਜਦੋਂ ਵੀ ਬਾਈ ਕਹਿੰਦਾ ਮੈਂ ਪਟਿਆਲੇ ਆਉਂਦਾ, ਬਾਈ ਦਾ ਲਾਗਲਾ ਪਿੰਡ ਆ ਨੇੜੇ, ਅਤੇ ਬਾਈ ਇਹਨਾਂ ਨੂੰ ਮਿਲ ਕੇ ਜਾਂਦਾ, ਦੇਖ ਕੇ ਜਾਂਦਾ, ਜਿੰਨੀ ਕੁ ਯੋਗਾ ਹੈਗਾ ਮਦਦ ਕਰਕੇ ਜਾਂਦਾ। ਸਾਨੂੰ ਵੀਡੀਓ ਬਣਾ ਕੇ ਭੇਜੀ, ਸਾਨੂੰ ਦੱਸਿਆ ਵੀ ਇੱਦਾਂ ਕਰਕੇ ਇੱਕ ਬਜ਼ੁਰਗ ਜੋੜਾ, ਪਰ ਮਹਾਰਾਜ ਨੇ ਡਿਊਟੀ ਹੋਈ ਅੱਜ ਲਾਈ, ਸੱਚੇ ਪਾਤਸ਼ਾਹ ਨੇ ਅੱਜ ਹੀ ਸਾਨੂੰ ਸਮੱਤ ਬਖਸ਼ੀ, ਅੱਜ ਹੀ ਬਲ ਬੁੱਧੀ ਬਖਸ਼ੀ ਆ, ਅੱਜ ਅਸੀਂ ਪਟਿਆਲੇ ਸ਼ਹਿਰ 'ਚ ਪਹੁੰਚ ਗਏ ਹਾਂ। ਮੈਂ ਤਾਂ ਬੇਨਤੀ ਕਰਦਾ ਸਾਰੀਆਂ ਭੈਣਾਂ ਨੂੰ, ਵੀਰਾਂ ਨੂੰ, ਮਾਵਾਂ ਨੂੰ, ਆਪਾਂ ਮੰਦਰ ਜਾਂਦੇ ਹਾਂ, ਆਪਾਂ ਗੁਰੂ ਘਰ ਜਾਂਦੇ ਹਾਂ, ਆਪਾਂ ਮਸਜਿਦ ਜਾਂਦੇ ਹਾਂ, ਆਪਾਂ ਗਿਰਜਾ ਜਾਂਦੇ ਹਾਂ, ਪਰ ਉੱਥੇ ਬਾਹਰ ਬੈਠੀਆਂ ਰੱਬ ਦੀਆਂ ਮੂਰਤਾਂ ਨੂੰ ਕਈ ਵਾਰੀ ਅਸੀਂ ਦੇਖਦੇ ਨਹੀਂ, ਨਜ਼ਰ ਅੰਦਾਜ਼ ਕਰ ਜਾਂਦੇ ਹਾਂ। ਅੱਜ ਕਾਲੀ ਮਾਤਾ ਮੰਦਰ ਦੇ ਵਿੱਚ ਆਪਾਂ ਮੱਥਾ ਟੇਕਣ ਜਾਈਏ, ਉਹਦੇ ਗੇਟ ਦੇ ਬਾਹਰ ਹੀ ਬੈਠੀ ਹੈ ਮਾਤਾ ਦੇ ਰੂਪ ਦੇ ਵਿੱਚ ਇੱਕ ਮਾਂ ਜਿਹਨੂੰ ਲੋੜ ਆ ਤੁਹਾਡੀ, ਪਰ ਤੁਸੀਂ ਨਜ਼ਰ ਅੰਦਾਜ਼ ਕਰ ਜਾਂਦੇ ਹੋ ਕਿਤੇ ਨਾ ਕਿਤੇ। ਬੇਨਤੀ ਆ, ਜੇ ਕੁਛ ਪਾਉਣਾ ਤਾਂ ਕੁਛ ਖੋਣਾ ਵੀ ਪੈਣਾ। ਜੇ ਆਪਾਂ ਆਪਣੇ ਆਪ ਨੂੰ ਰੱਬ ਦਾ ਭਗਤ ਮੰਨਦੇ ਹਾਂ, ਕਾਲੀ ਮਾਤਾ ਦਾ ਭਗਤ ਮੰਨਦੇ ਹਾਂ, ਤਾਂ ਫਿਰ ਉਹਦੀਆਂ ਬੈਠੀਆਂ ਹੋਈਆਂ ਮੂਰਤਾਂ ਸਾਡੇ ਨਜ਼ਰ ਕਿਉਂ ਨਹੀਂ ਪੈਂਦੀਆਂ? ਅਤੇ ਅਸੀਂ ਅੱਜ ਪਟਿਆਲੇ ਸ਼ਹਿਰ ਆਏ ਹਾਂ, ਬਾਪੂ ਦੇ ਬੇਬੇ ਨੂੰ ਆਪਣੇ ਸੁਪਨਿਆਂ ਦੇ ਘਰ ਵਾਸਤੇ ਲੈਣ ਆਏ ਹਾਂ। ਅਰਦਾਸ ਕਰਿਓ ਅਸੀਂ ਇਸ ਬਜ਼ੁਰਗ ਜੋੜੇ ਦੀ ਸੇਵਾ ਕਰ ਸਕੀਏ। ਇਹ ਬਜ਼ੁਰਗ ਜੋੜਾ ਆਹ ਉਮਰ ਦੇ ਵਿੱਚ ਦੋਨਾਂ ਦੇ ਵਿੱਚੋਂ ਇੱਕ ਟਾਇਰ ਵੀ ਲਹਿ ਗਿਆ, ਦੋਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਕਿਸੇ ਕਾਰਨ, ਦੂਸਰੇ ਨੇ ਜਿਉਂਦੇ ਜੀ ਮਰ ਜਾਣਾ। ਅੱਜ ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਦਿਨੋਂ ਦਿਨ। ਬਸ ਅਰਦਾਸ ਕਰਦੇ ਹੋ ਇੱਕ ਵੀ ਅਸੀਂ ਇਹਨਾਂ ਦੀ ਸੇਵਾ ਸੰਭਾਲ ਕਰ ਸਕੀਏ, ਉਹਨਾਂ ਚੋਰਾਂ ਲਟੇਰਿਆਂ ਨੂੰ ਵੀ ਮਹਾਰਾਜ ਸਮੱਤ ਬਖਸ਼ਣ, ਜਿਹੜੇ ਇਹਨਾਂ ਤੋਂ ਵੀ ਪੈਸੇ ਲੁੱਟ ਕੇ ਲੈ ਜਾਂਦੇ ਸੀ, ਇਹਨਾਂ ਤੋਂ ਵੀ ਲੁੱਟ ਲੈਂਦੇ ਸੀ। ਬਾਈ ਯਾਰ ਕੈਸੀ ਦੁਨੀਆ 'ਚ ਰਹਿੰਦੇ ਹਾਂ, ਕੈਸੀ ਦੁਨੀਆ 'ਚ ਰਹਿੰਦੇ ਹਾਂ। ਬਹੁਤ ਬਹੁਤ ਧੰਨਵਾਦ ਬਾਈ, ਸਾਨੂੰ ਦੇਖ ਕੇ ਬਹੁਤ ਸਾਰੇ ਵੀਰ ਰੁਕੇ, ਬਹੁਤ ਸਾਰੇ ਵੀਰਾਂ ਨੇ ਸਪੋਰਟ ਕੀਤੀ, ਸ਼ੁਕਰੀਆ ਬਾਈ, ਮਤਲਬ ਧੰਨਵਾਦ ਬਾਈ। ਇੱਕ ਮਤਲਬ ਪਟਿਆਲੇ ਬਣੀ ਕਿੰਨੇ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਮੰਦਰ ਬਿਲਕੁਲ ਨੇੜੇ ਆ, ਪਰ ਬਾਈ ਨਜ਼ਰ ਦਾ ਫਰਕ ਹੈ ਸਾਰੇ ਸ਼ਹਿਰਾਂ 'ਚ ਬਾਈ, ਛੋਟੇ ਵੱਡੇ ਸ਼ਹਿਰਾਂ 'ਚ ਬਹੁਤ ਸਾਰੇ ਲੋਕ ਬੈਠਣੇ, ਮਤਲਬ ਲੋਕ ਦੱਸ ਕੇ ਵੀ ਰਾਜੀ ਨਹੀਂ, ਲੋਕ ਕਹਿ ਕੇ ਵੀ ਰਾਜੀ ਨਹੀਂ, ਮਤਲਬ ਇੰਨੀ ਜ਼ਿਆਦਾ ਸਾਡੀ ਸੋਚ ਹੈ ਭੁਪਿੰਦਰ ਵਰਗੇ ਭਰਾਵਾਂ ਦਾ, ਜਿਹੜੇ ਭਰਾਵਾਂ ਕਰਕੇ ਇਸ ਬਜ਼ੁਰਗ ਥੈਂਕ ਯੂ ਸੱਚਾ ਬਾਈ, ਸੱਚਾ ਬਾਈ। ਬਸ ਜਿੰਨੇ ਕੁ ਜੋ ਕਿ ਮਹਾਰਾਜ ਇਹ ਇੱਕ ਨਾ ਸਾਡਾ ਜਿਹੜਾ ਸੋਸਾਇਟੀ ਆ, ਇੱਕ ਫਿਲਮ ਆ ਬਾਈ, ਸਮਾਜ ਨੂੰ ਸ਼ੀਸ਼ਾ ਇੱਕ, ਨਾ ਜਿਵੇਂ ਮੀਡੀਆ ਇੱਕ ਸ਼ੀਸ਼ਾ, ਆਪਾਂ ਲੋਕਾਂ ਨੂੰ ਮੰਨ ਲਓ ਅਵੇਅਰ ਕਰ ਸਕਦੇ ਹਾਂ, ਹੈ ਨਾ, ਜਾਗਰੂਕ ਕਰ ਸਕਦੇ ਹਾਂ। ਸਾਡੀ ਕੋਸ਼ਿਸ਼ ਆ ਵੀ ਕੋਈ ਜਾਗਰੂਕ ਹੋਵੇ, ਕਿਤੇ ਹੋਰ ਦੇ ਜਾਗ ਲੱਗੇ, ਇੱਦਾਂ ਦੇ ਲੋਕਾਂ ਦੀ ਕੋਈ ਹੋਰ ਵੀ ਬਾਂਹ ਫੜੇ ਬਾਈ, ਹੈ ਨਾ। ਅਤੇ ਬਹੁਤ ਸ਼ੁਕਰੀਆ ਬਾਈ ਤੁਹਾਡਾ, ਬਸ ਲੱਗੇ ਹੋਏ ਹਾਂ, ਕਰੇ ਕਰਾਵੇ ਆਪੇ ਆਪ, ਮਾਨਸ ਕੇ ਨਾ ਹੀ ਕੁਛ ਆ। ਧੰਨਵਾਦ ਵੀ, ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਜਾਂਦਾ ਮੇਰੇ ਬਾਹਰ ਤੇ ਕਿੰਨੇ ਪੈਸੇ ਆ ਪੈਸੇ ਚਲੇ ਗਏ 17,535 ਰੁਪਏ ਸਾਰੀ ਭਾਨ ਭੂਨ ਮਿਲਾ ਕੇ ਹੈਂ 500 ਦੇ 5 ਨੋਟ ਆ 200 ਦੇ 14 ਨੋਟ ਆ 100 ਦੇ 47 ਆ 50 ਦੇ 56 20 ਦੇ ਨੋਟ 111 10 ਦੇ ਨੋਟ 222 ਆ ਤੇ ਭਾਨ 104 ਰੁਪਏ ਆ ਠੀਕ ਆ।